الابواب تغلق. Doors closing. ਇਹਨੇ ਜਨਾਬ ਐਮਰੇਟਸ ਟਾਵਰ ਤੋਂ ਲੈ ਕੇ ਜਨਾਬ ਟਰਮੀਨਲ 1 ਤੇ ਅਤੇ ਕਿੰਨੇ ਪੈਸੇ ਲੱਗੇ ਨੇ? 5 ਦਿਰਮ, ਠੀਕ ਹੈ ਜੀ। 5 ਦਿਰਮ ਤੋਂ ਮੁਰਾਦ 1 ਯੂਰੋ, ਕਿੰਨੇ? 1 ਯੂਰੋ 20 ਸੈਂਟ, ਠੀਕ ਹੈ ਜੀ। ਅਤੇ ਸੱਲੂ ਭਾਈ ਜਨਾਬ ਇੱਥੇ ਪਹੁੰਚ ਗਏ ਨੇ, ਠੀਕ ਹੈ ਜੀ। ਅਤੇ ਬਿਲਕੁਲ ਕਿਸੇ ਦੀ ਟੈਨਸ਼ਨ ਹੀ ਨਹੀਂ ਆ, ਕਿਸੇ ਵਿਚਾਰੇ ਨੂੰ ਕਿਉਂ ਪਰੇਸ਼ਾਨ ਕਰਨਾ, ਮੈਟਰੋ ਫੜੋ, ਸਿੱਧਾ ਸਿੱਧਾ ਆਈਓ ਜਨਾਬ, ਠੀਕ ਹੈ ਜੀ। ਲਓ ਜੀ ਜਨਾਬ, ਇਹ ਹਾਂਜੀ ਜਨਾਬ, ਅਸਲਾਮ ਵਾਲੇਕੁਮ। ਲਓ ਜਨਾਬ, ਸੱਲੂ ਭਾਈ ਦੀ ਆ ਵੇਖੋ ਜਨਾਬ, ਐਮਰੇਟਸ ਟਾਵਰ, ਠੀਕ ਹੈ ਜੀ। ਇੱਥੋਂ ਜਨਾਬ ਸੱਲੂ ਭਾਈ ਦੀ ਜਾਣਾ ਹੁਣ ਟਰਮੀਨਲ 1 ਤੇ ਜਾਣਗੇ, ਠੀਕ ਹੈ ਜੀ। ਟਰਮੀਨਲ 1 ਏਅਰਪੋਰਟ 'ਤੇ ਜਾਣਗੇ, ਠੀਕ ਹੈ ਜੀ। ਮੈਂ ਕਿਹਾ ਕਿਸੇ ਨੂੰ ਕੀ ਤਕਲੀਫ ਦੇਣੀ ਹੈ, ਆਪੀ ਜਨਾਬ ਮੈਟਰੋ ਫੜੀਏ, 5 ਦਿਨ ਲੱਗਦੇ ਨੇ, ਠੀਕ ਹੈ ਜੀ। ਸਿੱਧਾ ਜਾਣਾ ਏਅਰਪੋਰਟ ਦੇ ਦਰਵਾਜ਼ੇ ਦੇ ਅੱਗੇ, ਠੀਕ ਹੈ ਜੀ। ਤੁਹਾਨੂੰ ਜਨਾਬ ਜਾਂਦੇ ਹਾਂ ਮੈਟਰੋ ਦੇ ਜ਼ਰੀਏ, ਤੁਹਾਨੂੰ ਜਾਣਾ ਵਿਖਾਉਂਦੇ ਹਾਂ, ਠੀਕ ਹੈ ਜੀ। ਚਲੋ ਆਇਓ, ਤੁਹਾਨੂੰ ਬਾਹਰ ਮੈਟਰੋ ਦਾ ਨਜ਼ਾਰਾ ਵੀ ਵਿਖਾਉਂਦੇ ਹਾਂ ਅਤੇ ਨਾਲ ਜਨਾਬ ਤੁਹਾਨੂੰ ਦੱਸਦੇ ਹਾਂ। ਆਇਓ ਜਨਾਬ, ਇਹ ਜਨਾਬ ਮੈਟਰੋ ਸਟੇਸ਼ਨ ਦਾ ਦਰਵਾਜ਼ਾ, 2 ਟ੍ਰੇਨ, ਠੀਕ ਹੈ ਜੀ। ਟ੍ਰੇਨ ਦੇ ਰਸਤੇ, ਠੀਕ ਹੈ ਜੀ। ਇਹ ਜਨਾਬ ਐਮਰੇਟਸ ਟਾਵਰ ਹੈ, ਠੀਕ ਹੈ ਜੀ। ਇੱਥੋਂ ਇਹ ਚੈੱਕ ਕਰੋ ਜਨਾਬ। ਲਓ ਜੀ, ਇਹ ਜਿਹੜਾ ਮੈਟਰੋ ਨੂੰ ਸਿੱਧਾ ਜਾਂਦਾ ਰਸਤਾ, ਠੀਕ ਹੈ ਜੀ। ਹੁਣ ਮੈਟਰੋ 'ਚ ਬਹਿਣਾ ਹੈ ਅਤੇ ਤੁਹਾਨੂੰ ਜਨਾਬ ਅੱਗੋਂ ਥੋੜ੍ਹੇ ਬਹੁਤੇ ਨਜ਼ਾਰੇ ਕਰਾਉਂਦੇ ਜਾਵਾਂਗੇ, ਠੀਕ ਹੈ ਜੀ। ਆਇਓ, ਇਹ ਸੱਲੂ ਭਾਈ ਨੇ ਆਲਰੇਡੀ ਜਿਹੜਾ ਨੋਲ ਕਾਰਡ ਹੈ ਵੇ, ਠੀਕ ਹੈ ਜੀ। ਨੋਲ ਕਾਰਡ ਦੇ ਉੱਤੇ ਮੈਂ ਬਕਾਇਦਾ ਪਹਿਲਾਂ ਹੀ ਵੀਡੀਓ ਬਣਾਈ ਦੀ ਹੈ, ਲੇਕਿਨ ਇਹਦੇ ਉੱਤੇ ਫਿਰ ਵੀਡੀਓ ਬਣਾਵਾਂਗਾ, ਠੀਕ ਹੈ ਜੀ। ਜਨਾਬ ਦੱਸਾਂਗਾ ਅਤੇ ਭਾਈ ਦੇ ਵਿੱਚ ਨੋਲ ਕਾਰਡ ਤੁਸੀਂ ਕਿੰਝ ਖਰੀਦ ਸਕਦੇ ਹੋ ਅਤੇ ਕਿੰਨੇ ਪੈਸਿਆਂ ਦਾ। ਚਲੋ ਆਇਓ ਹੁਣ, ਇਹ ਤਾਂ ਤੁਸੀਂ ਨਜ਼ਾਰਾ ਵੀ ਚੈੱਕ ਕਰ ਸਕਦੇ ਹੋ ਸ਼ੇਖਜ਼ਾਦ ਰੋਡ ਦਾ, ਉਹ ਦੂਸਰੀ ਸਾਈਡ ਵੱਲ ਵੀ ਚੈੱਕ ਕਰਾ ਕੇ ਤੁਹਾਨੂੰ ਉੱਥੋਂ ਵੀ ਵਿਖਾਉਣਾ। ਲਓ ਜੀ, ਇਹ ਵੇਖੋ ਜੀ, ਇਹ ਇੱਥੋਂ ਦੂਸਰੀ ਸਾਈਡ ਵੱਲ ਜਿਹਾ ਨਜ਼ਾਰਾ ਵੇ, ਅਤੇ ਇਹ ਫਿਊਚਰ ਆਫ ਦਾ ਮਿਊਜ਼ੀਅਮ ਹੋ ਗਿਆ, ਠੀਕ ਹੈ ਜੀ। ਇਹ ਵੇਖੋ, ਇੱਥੇ ਰਿਬੋਟ ਵਗੈਰਾ ਵੀ ਪਿਆ ਦਾ, ਠੀਕ ਹੈ ਜੀ, ਜਿਹੜਾ ਇੰਸਟਰਕਸ਼ਨ ਦਿੰਦਾ ਵੇ, ਠੀਕ ਹੈ ਜੀ। ਅਤੇ ਇਹ ਵੇਖੋ, ਇਹ ਮਸ਼ੀਨ ਆ ਨੇ ਜਨਾਬ, ਇੱਥੇ ਤੁਸੀਂ ਕਾਰਡ ਪੰਚ ਕਰਕੇ ਨਿਕਲ। ਇਹ ਵੇਖੋ, ਇਹ ਨੇ 2 ਪਲੈਟਫਾਰਮ, ਇੱਕ ਜਾਂਦਾ ਵੇ 2-2 ਸੈਂਟਰ ਪੁਆਇੰਟ, ਉਸ ਤੋਂ ਦੂਸਰਾ ਜਾਂਦਾ ਵੇ ਐਕਸਪੋ 2020। ਅਸੀਂ ਜਾਣਾ ਏਅਰਪੋਰਟ ਵਾਲੀ ਸਾਈਡ ਵਾਲਾ, ਠੀਕ ਹੈ ਜੀ। ਇਹ ਵੇਖੋ ਜੀ, ਇਹ ਜਾਣਾ ਸਿੱਧਾ ਜਾਣਾ ਇੱਥੇ ਟਰਮੀਨਲ 1, ਠੀਕ ਹੈ ਜੀ। ਇਹ ਜਾਂਦਾ ਦੂਸਰੀ ਸਾਈਡ ਵੱਲ, ਐਕਸਪੋ ਵਾਲੀ ਸਾਈਡ ਵੱਲ, ਠੀਕ ਹੈ ਜੀ। ਹੁਣ ਇਹ ਸਾਈਡ ਵੱਲ ਜਾਣਾ, ਇਹਦੇ ਤੁਹਾਨੂੰ ਵਿਖਾਉਂਦਾ ਅੱਗੋ। ਲਓ ਜੀ, ਲਿਫਟ ਦੇ ਵਿੱਚ ਬਹਿ ਕੇ ਸੱਲੂ ਭਾਈ ਦੇ ਰੂਮ ਉੱਤੇ ਚੱਲੇ ਨੇ, ਠੀਕ ਹੈ ਜੀ। ਇਹ ਵੇਖੋ ਜੀ, ਅਸ ਬਹਿ ਗਏ ਅਤੇ ਅਸੀਂ ਉੱਤੇ ਚੱਲੇ ਹਾਂ ਅਤੇ ਜਨਾਬ ਹੁਣ ਟ੍ਰੇਨ ਵਿਖਾਉਂਦੇ ਹਾਂ। ਇਹ ਵੇਖੋ, ਇਹ ਟ੍ਰੇਨ ਹੈ, ਠੀਕ ਹੈ ਜੀ। ਇਹ ਦੂਸਰੀ ਸਾਈਡ ਵੱਲ ਆਈ ਹੈ। ਇਹ ਵੇਖੋ ਜਨਾਬ, ਇਹ ਜਨਾਬ ਮੈਟਰੋ ਸਟੇਸ਼ਨ ਦਾ ਜਿਹਾ ਨਾ ਉਹ ਸਾਰਾ ਵਿਊ ਐਤ ਲਓ, ਉਸ ਤੋਂ ਬਾਅਦ ਐਤ ਲਓ ਜਨਾਬ, ਇਹ ਚੈੱਕ ਕਰੋ। ਉਸ ਤੋਂ ਬਾਅਦ ਇਹ ਚੈੱਕ ਕਰੋ ਜੀ, ਐਮਰੇਟਸ ਟਾਵਰ, ਠੀਕ ਹੈ ਜੀ। ਇਹ ਸਾਰਾ ਮੈਪ ਵਗੈਰਾ ਬਣਿਆ ਵੇ, ਮੈਨੂੰ ਦੱਸਿਆ ਤਾ ਸਟੇਸ਼ਨ ਦੇ ਵਿੱਚ ਨਾ ਇਹ ਜਿਹੜੇ ਸਰਕਲ ਬਣਾਇਆ ਵੇ, ਜਿਹੜਾ ਨੇੜੇ ਨੇੜੇ ਜਗ੍ਹਾ ਨੇ ਨਾ, ਸਾਰੀਆਂ ਇਹਨਾਂ ਨੇ ਮਾਰਕ ਕੀਤੀਆਂ ਨੇ, ਅਤੇ ਇਹ ਜਿਹਾ ਨਾ ਪੂਰੀ ਮੈਟਰੋ ਦਾ ਜਿਹਾ ਨਾ ਉਹ ਵੇ ਮੈਪ ਹੈ, ਠੀਕ ਹੈ ਜੀ। ਪਹਿਲੇ ਤਾਂ 1 ਸੀ ਤਾਂ ਪਹਿਲੇ 2 ਸਨ, ਗ੍ਰੀਨ ਅਤੇ ਰੈੱਡ, ਹੁਣ 4-5 ਬਣ ਗਏ ਨੇ, ਠੀਕ ਹੈ ਜੀ। ਵੇਖੋ, ਇਹ ਮੋਨਰੇਲ ਵੀ ਹੈ, ਠੀਕ ਹੈ ਜੀ। ਟਰਾਮ ਹੈ, ਠੀਕ ਹੈ ਜੀ। ਇਹ ਰੈੱਡ ਲਾਈਨ ਹੈ, ਠੀਕ ਹੈ ਜੀ। ਇਹ ਇੱਕ ਹੋਰ ਹੈ ਬੱਸ ਦਾ ਹੈ, ਠੀਕ ਹੈ ਜੀ। ਮਖਦੂਮ ਏਅਰਪੋਰਟ ਜਾਂਦਾ ਸਾਰਾ ਮੈਪ। ਉਸ ਤੋਂ ਬਾਅਦ ਇਹ ਵੇਖੋ ਜੀ, ਉਹ ਵੇ ਐਡਵਰਟਾਈਜ਼ਮੈਂਟ ਬੋਰਡ ਹੈ, ਠੀਕ ਹੈ ਜੀ। ਇਹ ਵੇਖੋ ਜੀ, ਇਹ ਜਨਾਬ, ਇਹ ਵੇਖੋ ਇੱਕ ਇੱਥੇ ਨਾ ਬਕਾਇਦਾ ਇਹਨੇ ਜਨਾਬ ਇਹ ਬਣਾਇਆ ਤਾਂ 2 ਲਾਏ ਹੁੰਦੇ, 2 ਲੱਗੇ ਨੇ, ਇੱਕ ਇਹ ਸਾਈਡ ਵੱਲ ਅਤੇ ਇੱਕ ਉਹ ਪਰਲੀ ਸਾਈਡ ਵੱਲ, ਠੀਕ ਹੈ ਜੀ। ਕਿ ਜਿਹੜਾ ਜੀ ਜਨਾਬ ਦੱਸਦਾ ਵੇ ਕਿ ਕਿੰਨੇ ਮਿੰਟ ਦੇ ਵਿੱਚ ਜਿਹੜਾ ਟ੍ਰੇਨ ਆਉਣ ਲੱਗੀ। ਚਲੋ, ਅਤੇ ਹੋਰ ਜਿਹਨਾਂ ਲੋਕਾਂ ਨੂੰ ਨਹੀਂ ਨਾ ਪਤਾ ਹੈ ਜਨਾਬ, ਜਿਹੜੀ ਟ੍ਰੇਨ ਹੈ ਨਾ ਇਹ ਕੰਪਿਊਟਰਾਈਜ਼ ਹੈ, ਠੀਕ ਹੈ ਜੀ। ਕੋਈ ਡਰਾਈਵਰ ਨਹੀਂ, ਕੋਈ ਕੁਛ ਨਹੀਂ, ਠੀਕ ਹੈ ਜੀ। ਬਗੈਰ ਡਰਾਈਵਰ ਤੋਂ ਜਿਹੜੀ ਨਾ ਚੱਲਦੀ ਹੈ ਉੱਥੋਂ ਕੰਪਿਊਟਰ ਤੋਂ ਆਪਰੇਟ ਕਰਦੇ ਨੇ, ਠੀਕ ਹੈ ਜੀ, ਸਾਰੀਆਂ ਜਿੰਨੀਆਂ ਵੀ ਮੈਟਰੋ ਨੇ। ਲੇਕਿਨ ਜਿਹੜੀ ਟਰਾਮ ਹੈ ਨਾ ਉਹ ਬੰਦਾ ਜਾਣਾ ਕਰਦਾ, ਅਨਾਊਂਸਮੈਂਟ ਵੀ ਹੋਣ ਲੱਗ ਪਏ ਜਨਾਬ। ਚਲੋ, ਇਹ ਵੇਖੋ ਜਨਾਬ, ਇਹ ਟ੍ਰੇਨ ਆ ਲੱਗਦਾ, ਇਹ ਆ ਗਈ ਟ੍ਰੇਨ, ਇਹ ਜਨਾਬ ਟ੍ਰੇਨ, ਠੀਕ ਹੈ ਜੀ।
ਜਨਾਬ ਟ੍ਰੇਨ ਦਾ ਅੰਦਰੋਂ ਦਾ ਮੰਜ਼ਰ ਚ ਜਨਾਬ ਅਬਲ ਅਲਬ ਅਬੂ ਤੁਗਲਕ ਜਨਾਬ ਇੱਥੇ ਜਨਾਬ ਹੈ ਸਾਰਾ ਸ਼ਹੀਦ ਰੋਡ ਦਾ ਜਨਮ ਉਸ ਤੋਂ ਬਾਅਦ ਵੇਖੋ ਇੱਥੇ ਜੇ ਨਾ ਮੈਟਰੋ ਸਟੇਸ਼ਨ ਦੀ ਜੇ ਨਾ ਉਹ ਦੱਸਦੇ ਨੇ ਕਿਹੜਾ ਅਗਲਾ ਸਟੇਸ਼ਨ ਆਉਣ ਲੱਗਾ ਅਰਬੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ ਚੈੱਕ ਕਰੋ ਜਨਾਬ ਸ਼ੇਖ ਜ਼ਾਇਦ ਰੋਡ ਦਾ ਨਜ਼ਾਰੇ ਠੀਕ ਹੈ ਜੀ ਦੂਸਰੀ ਟ੍ਰੇਨ ਲੰਘਣ ਦੀ ਚੈੱਕ ਜਨਾਬ ਵੇਖੋ ਫੋਰਮੈਂਟ ਹੋਟਲ ਹੈ ਠੀਕ ਹੈ ਜੀ ਇੱਥੇ ਸੰਧੂ ਭਾਈ ਨੇ ਜਨਾਬ ਸਕਿਉਰਟੀ ਦੀ ਡਿਊਟੀ ਕੀਤੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੋਨੇ ਵਾਲੀ ਬਿਲਡਿੰਗ ਨਾ ਜਿਹੜੀ ਐਲ ਇੱਥੇ ਜਨਾਬ ਮੈਂ 32 ਫਲੋਰ 'ਤੇ ਜਨਾਬ ਸਕਿਉਰਟੀ ਦੀ ਕੀਤੀ ਹੈ ਜੀ ਨੌਕਰੀ ਠੀਕ ਹੈ ਜੀ 2014 ਦੇ ਵਿੱਚ ਐਜ਼ ਆ ਬੌਂਸਰ ਠੀਕ ਹੈ ਜੀ ਬੌਂਸਰ ਇੱਥੋਂ ਤੱਕ ਹੁਣ ਸ਼ੇਖ ਜ਼ਾਇਦ ਰੋਡ ਖਤਮ ਹੋ ਜਾਂਦਾ ਇਹ ਗੂੰਜ ਜਨਾਬ ਤੁਸੀਂ ਦੂਸਰੇ ਨਜ਼ਾਰੇ ਚੈੱਕ ਕਰੋ ਐਮਰਾ ਤੋਂ ਸ਼ੁਰੂ ਹੋ ਜਾਂਦਾ ਬਾਹਰ ਦੁਬਈ ਠੀਕ ਹੈ ਜੀ ਜਿਹੜੇ ਛੋਟੀਆਂ ਛੋਟੀਆਂ ਬਿਲਡਿੰਗਾਂ ਨੇ ਇੱਥੇ ਠੀਕ ਹੈ ਜੀ ਇਹ ਸਾਈਡਲ ਕੋਈ ਵੱਡੀ ਬਿਲਡਿੰਗ ਨਹੀਂ ਹੈ ਇਹ ਜਨਾਬ ਹੁਣ ਬੁਰਜ ਮਾਨ ਦਾ ਏਰੀਆ ਸ਼ੁਰੂ ਹੋ ਗਿਆ ਠੀਕ ਹੈ ਜੀ ਇਹ ਜੇ ਨਾ ਹੁਣ ਟ੍ਰੇਨ ਨੇ ਜਾਣਾ ਅੰਡਰ ਪਾਸ ਟ੍ਰੇਨ ਨੇ ਥੱਲੇ ਟੁੱਟ ਜਾਣਾ ਠੀਕ ਹੈ ਉਹਦੇ ਵਿੱਚ ਕੀ ਨਾਮ ਹੈ ਥੱਲੇ ਅੰਡਰਗਰਾਊਂਡ ਟ੍ਰੇਨ ਠੀਕ ਹੈ ਜੀ ਅੰਡਰਗਰਾਊਂਡ ਜਾਣਾ ਹੈ ਥੱਲੇ ਜਾ ਰਹੀ ਹੈ ਥੱਲੇ ਜਾ ਰਹੀ ਹੈ ਹੁਣ ਟ੍ਰੇਨ ਠੀਕ ਹੈ ਜੀ ਇਹ ਹੁਣ ਅੰਡਰ ਪਾਸ ਜਾਣਾ ਟੁੱਟ ਗਈ ਜਨਾਬ ਠੀਕ ਹੈ ਜੀ ਅੰਦਰ ਆ ਗਏ ਠੀਕ ਹੈ ਜੀ ਹੁਣ ਇੱਥੋਂ ਜਨਾਬ ਇੱਥੋਂ ਲੈ ਕੇ ਜਾਏਗੀ ਅਲ ਡੀ ਐਮ ਸੀ ਸੀ ਉਸ ਤੋਂ ਬਾਅਦ ਜੀ ਸੀ ਸੀ ਜੀ ਜੀ ਕੋ ਤੱਕ ਜਿਹੜੇ ਨਾ ਅੰਡਰ ਪਾਸ ਹੀ ਜਾਏਗੀ ਇਹ ਜਨਾਬ ਵੇਖੋ ਹੁਣ ਟ੍ਰੇਨ ਜਿਹੜੀ ਨਾ ਬਾਹਰ ਨਿਕਲ ਗਈ ਹੈ ਠੀਕ ਹੈ ਜੀ ਜਿਹੜਾ ਅੰਡਰ ਪਾਸ ਟ੍ਰੇਨ ਸੀ ਉਹ ਖਤਮ ਹੋ ਗਈ ਹੈ ਇਹ ਹੁਣ ਜਨਾਬ ਉੱਤੇ ਨਿਕਲ ਆਈ ਹੈ ਠੀਕ ਹੈ ਜੀ ਹੁਣ ਬ੍ਰਿਜ ਦੇ ਉੱਤੇ ਚੱਲੇਗੀ ਇਹ ਵੇਖੋ ਜਨਾਬ ਹੈ ਡੇਰਾ ਸਿਟੀ ਸੈਂਟਰ ਹੈ ਠੀਕ ਹੈ ਜੀ ਲਿਖਿਆ ਦਾ ਵੀ ਹੈ ਠੀਕ ਹੈ ਜੀ ਸਿਟੀ ਸੈਂਟਰ ਪੁਲਮੈਨ ਸਿਟੀ ਸੈਂਟਰ ਹੋਟਲ ਹੈ ਠੀਕ ਹੈ ਜੀ ਇਹ ਵੇਖੋ ਜਨਾਬ ਇਹ ਹੁਣ ਜਨਾਬ ਜੀ ਜੀ ਕੋ ਆ ਗਿਆ ਸਟਾਰਟ ਹੋ ਗਿਆ ਇਹ ਰੋਡ ਹੁਣ ਸ਼ਾਰਜਾ ਵਾਲੇ ਪਾਸੇ ਜਾ ਰਿਹਾ ਜਨਾਬ ਅਗਲਾ ਜਿਹੜਾ ਨਾ ਮੈਟਰੋ ਸਟੇਸ਼ਨ ਆ ਗਿਆ ਵੇ ਟਰਮੀਨਲ ਪਾਰਕ ਠੀਕ ਹੈ ਜੀ ਇਸ ਟਾਈਮ ਜਿਹੜੀ ਨਾ ਟ੍ਰੇਨ ਵੀ ਸਮਝ ਲਓ ਸਾਰੀ ਖਾਲੀ ਹੋ ਗਈ ਹੈ ਠੀਕ ਹੈ ਜੀ ਟ੍ਰੇਨ ਜਿਹੜੀ ਨਾ ਬਿਲਕੁਲ ਖਾਲੀ ਆਲਮੋਸਟ ਤਕਰੀਬਨ ਜੀ ਕਹਿ ਸਕਦੇ ਹੋ ਵੇਖੋ ਤੁਸੀਂ ਚੈੱਕ ਕਰੋ ਠੀਕ ਹੈ ਬਿਲਕੁਲ ਖਾਲੀ ਹੋ ਗਈ ਵੇਖੋ ਜੀ ਇਹ ਜੇ ਨਾ ਏਅਰਪੋਰਟ ਵੀ ਨਜ਼ਰ ਆ ਰਿਹਾ ਠੀਕ ਹੈ ਜੀ ਵੇਖੋ ਏਅਰਪੋਰਟ ਦੇ ਜਨਾਬ ਇਹ ਦੁਬਈ ਟਰਮੀਨਲ 1 ਹੈ ਜਨਾਬ ਟ੍ਰੇਨ ਬਿਲਕੁਲ ਆਲਮੋਸਟ ਖਾਲੀ ਹੋ ਗਈ ਹੈ ਠੀਕ ਹੈ ਜੀ ਲੋ ਜੀ ਜਨਾਬ ਸੱਲੂ ਭਾਈ ਵੀ ਜਾਣਾ ਜਨਾਬ ਟਰਮੀਨਲ 1 ਤੇ ਪਹੁੰਚ ਗਏ ਨੇ ਠੀਕ ਹੈ ਜੀ ਅਲਹਮਦੁਲਿਲਾ ਜਾਣਾ ਮੈਂ ਕਿਹਾ ਚਲੋ ਆਪਣੀ ਸਾਰੀ ਪੰਜਾਬੀ ਫੈਮਿਲੀ ਜਨਾਬ ਮੈਟਰੋ ਦਾ ਵੀ ਜਾਣਾ ਸਫ਼ਰ ਵਹਾਈਏ ਠੀਕ ਹੈ ਜੀ ਤੁਹਾਨੂੰ ਇੱਕ ਹੋਰ ਚੀਜ਼ ਵਹਾਨਾ ਵਾ ਇੱਥੇ ਇਹ ਵੇਖੋ ਇੱਕ ਬਕਾਇਦਾ ਨੇ ਨਾ 1, 2, 3 ਠੀਕ ਹੈ ਜੀ ਹਾਂਜੀ 3 ਜਿਹੜੇ ਡੱਬੇ ਨੇ ਨਾ ਉਹ ਬਣਾਏ ਨੇ ਉਹਨਾਂ ਵਾਸਤੇ ਲੇਡੀਜ਼ ਵਾਸਤੇ ਅਤੇ ਬੱਚਿਆਂ ਵਾਸਤੇ ਠੀਕ ਹੈ ਜੀ ਅਗਰ ਜਨਾਬ ਕੋਈ ਵੜ ਗਿਆ ਇੱਥੇ 100 ਦਿਨਾਂ ਜਾਣਾ ਫਾਈਨ ਹੈ ਜਨਾਬ ਠੀਕ ਹੋ ਗਿਆ ਜਨਾਬ ਉਸ ਤੋਂ ਬਾਅਦ ਇਹ ਤੁਸੀਂ ਚੈੱਕ ਕਰ ਲਓ ਜੀ ਇਹ ਜਨਾਬ ਮੰਜ਼ਰ ਹੈ ਜਨਾਬ ਮੈਟਰੋ ਦਾ ਟਰਮੀਨਲ 1 ਦਾ ਠੀਕ ਹੈ ਜੀ ਅਤੇ ਲਓ ਜੀ ਜਨਾਬ ਲਓ ਜੀ ਸੱਲੂ ਭਾਈ ਜੀ ਜਨਾਬ ਹੁਣ ਪਹੁੰਚ ਗਏ ਨੇ ਟਰਮੀਨਲ 1 ਠੀਕ ਹੈ ਜੀ ਬਾਹਰ ਨਿਕਲੀਏ ਅਤੇ ਤੁਹਾਨੂੰ ਜਨਾਬ ਬਾਹਰ ਵਹਾਉਂਦੇ ਹਾਂ ਠੀਕ ਹੈ ਜੀ ਆਇਓ ਠੀਕ ਹੈ ਜਨਾਬ ਤੁਹਾਨੂੰ ਵਹਾਉਂਦੇ ਹਾਂ ਜੀ ਇਹ ਚੈੱਕ ਕਰੋ ਇੱਥੇ ਲਿਖਿਆ ਹੋਵੇ ਅਰਾਈਵਲ ਕਿ ਜਿਹੜੇ ਲੋਕ ਆਉਂਦੇ ਨੇ ਠੀਕ ਹੈ ਜੀ ਜਹਾਜ਼ ਉਤਰੇ ਨੇ ਅਤੇ ਇਹ ਵੇ ਡਿਪਾਰਚਰ ਅਤੇ ਸੱਲੂ ਭਾਈ ਨੇ ਜਾਣਾ ਡਿਪਾਰਚਰ ਅਤੇ ਅਸੀਂ ਜਾਣਾ ਇਸ ਸਾਈਡ ਦਾ ਠੀਕ ਹੈ ਜੀ ਲਓ ਜੀ ਇਹ ਡਿਪਾਰਚਰ ਠੀਕ ਹੈ ਜੀ
ਲਓ ਜੀ, ਮੈਟਰੋ ਤਾਂ ਹੋ ਗਈ ਕੰਪਲੀਟ ਹੈ, ਠੀਕ ਹੈ ਜੀ। ਤਾਂ ਸੱਲੂ ਭਾਈ ਜੀ ਪਹੁੰਚ ਗਏ ਨੇ ਟਰਮੀਨਲ 1 ਡਿਪਾਰਚਰ 'ਤੇ, ਠੀਕ ਹੈ ਜੀ। ਇਹ ਤੁਸੀਂ ਚੈੱਕ ਕਰੋ ਜਨਾਬ, ਡਿਪਾਰਚਰ ਲਿਖਿਆ, ਇਹ ਵੇਖੋ ਡਿਪਾਰਚਰ ਲਿਖਿਆ। ਲਓ ਜੀ ਜਨਾਬ, ਇਹ ਹੈ ਜਨਾਬ ਦੁਬਈ ਮੈਟਰੋ, ਠੀਕ ਹੈ ਜੀ। ਅਤੇ ਸੱਲੂ ਭਾਈ ਜੀ ਆਏ ਨੇ ਜਨਾਬ ਐਮਰੇਟਸ ਟਾਵਰ ਤੋਂ ਲੈ ਕੇ ਜਨਾਬ ਟਰਮੀਨਲ 1 'ਤੇ। ਅਤੇ ਕਿੰਨੇ ਪੈਸੇ ਲੱਗੇ ਨੇ? 5 ਦਿਰਮ, ਠੀਕ ਹੈ ਜੀ। 5 ਦਿਰਮ ਤੋਂ ਮੁਰਾਦ 1 ਯੂਰੋ, ਕਿੰਨੇ? 1 ਯੂਰੋ 20 ਸੈਂਟ, ਠੀਕ ਹੈ ਜੀ। ਤਾਂ ਸੱਲੂ ਭਾਈ ਜੀ ਜਨਾਬ ਇੱਥੇ ਪਹੁੰਚ ਗਏ ਨੇ, ਠੀਕ ਹੈ ਜੀ। ਅਤੇ ਬਿਲਕੁਲ ਕਿਸੇ ਦੀ ਟੈਨਸ਼ਨ ਹੀ ਨਹੀਂ ਆ, ਕਿਸੇ ਦੇ ਵਿਚਾਰੇ ਨੂੰ ਕਿਉਂ ਪਰੇਸ਼ਾਨ ਕਰਨਾ, ਮੈਟਰੋ ਫੜੋ, ਸਿੱਧਾ ਸਿੱਧਾ ਆਈਓ ਜਨਾਬ, ਠੀਕ ਹੈ ਜੀ। ਲਓ ਜੀ ਜਨਾਬ, ਇਹ ਹੈ ਜਨਾਬ ਮੈਟਰੋ ਦਾ ਸਫ਼ਰ। ਤਾਂ ਸੱਲੂ ਭਾਈ ਨੇ ਤੁਹਾਨੂੰ ਵਿਖਾਇਆ ਵੇ, ਉਮੀਦ ਕਰਨਾ ਵਾ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਪਸੰਦ ਆਇਆ ਹੈਗਾ। ਹੁਣ ਦੇ ਵਾ ਸੱਲੂ ਪੰਜਾਬੀ ਨੂੰ ਇਜਾਜ਼ਤ, ਖੁਸ਼ ਰਹੋ, ਹੱਸਦੇ ਵਸਦੇ ਰਹੋ। ਪਾਕਿਸਤਾਨ ਜ਼ਿੰਦਾਬਾਦ।